ਮੈਂ ਬੜਾ ਖੁਸ਼ ਹਾਂ ਕਿ ਭਗਵੰਤ ਮਾਨ ਸਾਹਿਬ ਨੇ ਇਸ ਮਾਮਲੇ 'ਚ ਬਿਆਨ ਦਿੱਤਾ ਸੀ ਕਿ ਗੰਗਾ ਕਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ, ਅਸੀਂ ਵਾਪਸ ਆਉਣ ਲਗਾ ਦਿੱਤੀਆਂ। ਹਾਈਕੋਰਟ ਦੇ ਹੁਕਮਾਂ ਮੁਤਾਬਕ ਇਸ ਕੇਸ ਦੇ ਵਿੱਚ 123.57 ਕਰੋੜ, 123 ਕਰੋੜ ਤੋਂ ਵੱਧ ਦਾ ਮੁਆਵਜ਼ਾ ਜਾਰੀ ਹੋ ਚੁੱਕਿਆ ਜੀ ਘਪਲੇ ਵਾਲਾ, ਉਹ ਮਤਲਬ ਉਹ ਪੂਰਾ ਰਿਕਵਰ ਹੋ ਸਕਦਾ। FIR 'ਚ 109 ਬੰਦੇ ਦੋਸ਼ੀ ਹੈ ਤਾਂ ਸਿਰਫ 52 ਬੰਦੇ ਦੀ ਹੁਣ ਤੱਕ ਗ੍ਰਿਫਤਾਰੀ ਹੋਈ ਹੈ ਜਾਂ ਉਹਨਾਂ ਦੀ ਅਗੇਤੀ ਜ਼ਮਾਨਤ ਹੋਈ ਹੈ। ਬਾਕੀ ਬੰਦੇ ਦੀ ਗ੍ਰਿਫਤਾਰੀ ਨਾ ਹੋਣਾ ਮਤਲਬ ਜਿਹੜਾ 44 ਕਰੋੜ 43 ਕਰੋੜ ਤੋਂ ਬਾਕੀ ਦੀ ਰਿਕਵਰੀ ਜਿਹੜੀ ਪੰਜਾਬ ਦੇ ਖਜ਼ਾਨੇ 'ਚ ਆ ਸਕਦੀ ਹੈ ਉਹ ਨਹੀਂ ਹੋਈ। ਭੁਪਿੰਦਰ ਸਿੰਘ ਆ ਜਿਹੜਾ ਮੁੱਖ ਦੋਸ਼ੀ, 5 ਕਰੋੜ ਦੀ ਆਫਰ ਲੈ ਕੇ ਆਇਆ ਸੀ ਮੇਰੇ ਕੋਲ, ਮੈਂ ਭਜਾਤਾ ਸੀ ਉਹ, ਫਿਰ ਸਾਨੂੰ ਧਮਕੀ ਵੀ ਦਿੱਤੀਆਂ, ਮੈਂ ਫਿਰ ਵੀ ਭਜਾਤਾ ਉਹ, ਆਪਾਂ ਡਰੇ ਨੇ। ਔਰ ਸ਼ਿਕਾਇਤ ਕਰਤਾ ਕੋਈ ਹੋਰ ਨਹੀਂ ਹੈ, ਇਸੇ ਸਕੈਮ ਦਾ ਮੁੱਖ ਸਾਜਿਸ਼ ਕਰਤਾ ਭੁਪਿੰਦਰ ਸਿੰਘ ਪਿੰਡ ਬਾਕਰਪੁਰ ਹੈ, ਇਸੇ ਸਕੈਮ ਦਾ ਮੁੱਖ ਸਾਜਿਸ਼ ਕਰਤਾ ਇੱਕ ਕਰਮ ਸਿੰਘ ਹੈ ਬਾਕਰਪੁਰ ਦਾ, ਜਿਹਨੇ ਅਮਰੂਦ ਬਾਗ ਸਕੈਮ ਦਾ ਕੀਤਾ ਹੀ ਕੀਤਾ। ਅਮਰੂਦ ਦੇ ਪੌਦਿਆਂ ਵਾਸਤੇ ਪੋਲੀ ਹਾਊਸ ਬਣਾ ਕੇ ਜਿਹੜੇ ਤਰਪਾਲ ਜੀ ਪਾਇਆ ਕਰਦੇ ਪਲਾਸਟਿਕ ਦੀ, ਉਹ ਝੂਠੇ ਦਿਖਾ ਕੇ ਉਹਦਾ ਮੁਆਵਜ਼ਾ ਮਿਲਿਆ। ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ IAS ਅਧਿਕਾਰੀਆਂ ਦੇ ਘਰਾਂ ਦੇ ਵਿੱਚ ED ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾਵੇ ਕਿ ਕਹਿ ਸਕਦੇ ਕਿ ਜੋ ਅਮਰੂਦ ਘੁਟਾਲਾ ਹੋਇਆ ਸੀ ਮੋਹਾਲੀ ਦੇ ਵਿੱਚ, ਉਸ ਨਾਲ ਸੰਬੰਧਿਤ ਇਹ ਰੇਡ ਸੀਗੀ ਅਤੇ ਇਸ ਦੌਰਾਨ ED ਵੱਲੋਂ ਕੁਛ ਜੋ ਰਾਸ਼ੀ ਵੀ ਬਰਾਮਦ ਹੋਈ ਸੀ। ਸਾਡੇ ਨਾਲ ਸਤਨਾਮ ਦਾਊ ਮੌਜੂਦ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਮੁੱਖ ਕੜੀ ਸੀਗੀ, ਜਿਨ੍ਹਾਂ ਵੱਲੋਂ ਇਹ ਸਬੂਤ ਖੰਗਾਲੇ ਗਏ ਅਤੇ ਵਿਜੀਲੈਂਸ ਦੇ ਹਵਾਲੇ ਕੀਤੇ ਗਏ। ਬਾਅਦ ਦੇ ਵਿੱਚ ED ਵੱਲੋਂ ਵੀ ਇਸ 'ਤੇ ਕਾਰਵਾਈ ਸ਼ੁਰੂ ਕੀਤੀ ਗਈ। ਦਾਊ ਸਾਹਿਬ ਕੀ ਕਹਿਣਾ ਚਾਹੋਗੇ, ਹੁਣ ED ਵੱਲੋਂ ਵੀ ਰੇਡ ਕੀਤੀ ਗਈ ਹੈ, ਬੀਤੇ ਦਿਨ ਦੇਖਿਆ ਜਾਵੇ ਤਾਂ ਕੁਛ ਰਾਸ਼ੀ ਵੀ ਬਰਾਮਦ ਹੋਈ ਹੈ, ਤੁਸੀਂ ਸਭ ਤੋਂ ਪਹਿਲਾਂ ਸਟੈਪ ਤੁਹਾਡਾ ਹੀ ਸੀਗਾ ਕਿ ਇਹ ਅਮਰੂਦ ਘੁਟਾਲੇ ਜਿਹੜਾ ਬਾਹਰ ਕੱਢਿਆ ਗਿਆ, ਕੀ ਕਹਿਣਾ ਚਾਹੋਗੇ? ਦੇਖੋ ਹਾਂਜੀ, RTI ਮੈਂ ਹੀ ਕੱਢੀ ਪਾਈ ਸੀਗੀ ਉਦੋਂ, ਮੌਕੇ 'ਤੇ ਸ਼ਿਕਾਇਤਾਂ ਵੀ ਮੈਂ ਕਰਦਾ ਰਿਹਾ, ਅਖੀਰ ਨੂੰ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਸ਼ਿਕਾਇਤ ਮੈਂ ਕੀਤੀ ਸੀ ਮੇਰੇ ਕੋਲ, ਜਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਰਚਾ ਦਰਜ ਹੋਇਆ। ਅਤੇ ਮੈਂ ਬੜਾ ਖੁਸ਼ ਹਾਂ ਕਿ ਭਗਵੰਤ ਮਾਨ ਸਾਹਿਬ ਨੇ ਇਸ ਮਾਮਲੇ 'ਚ ਬਿਆਨ ਦਿੱਤਾ ਸੀ ਕਿ ਗੰਗਾ ਕਈਆਂ ਹੱਡੀਆਂ ਕਦੇ ਵਾਪਸ ਨਹੀਂ ਆਉਂਦੀਆਂ, ਅਸੀਂ ਵਾਪਸ ਆਉਣ ਲਗਾ ਦਿੱਤੀਆਂ। ਉਹ ਹੱਡੀਆਂ ਕਿੰਨੀਆਂ ਕਹੀਆਂ? 44 ਕਰੋੜ ਰੁਪਏ ਦੇ ਨੇੜੇ ਤੇੜੇ। ਹੁਣ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਵਿਜੀਲੈਂਸ ਬਿਊਰੋ ਦੀ FIR ਦੇ ਮੁਤਾਬਕ ਅਤੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਇਸ ਕੇਸ ਦੇ ਵਿੱਚ 123.57 ਕਰੋੜ, 123 ਕਰੋੜ ਤੋਂ ਵੱਧ ਦਾ ਮੁਆਵਜ਼ਾ ਜਾਰੀ ਹੋ ਚੁੱਕਿਆ ਜੀ ਘਪਲੇ ਵਾਲਾ, ਉਹ ਮਤਲਬ ਉਹ ਪੂਰਾ ਰਿਕਵਰ ਹੋ ਸਕਦਾ। ਅਤੇ ਪਲੱਸ ਹੋਰ ਜਿਹੜਾ ਰਿਕਵਰੀ ਜਿਹੜੀ ਉਹਨੇ ਮੁਆਵਜ਼ਾ ਜਾਰੀ ਕਰਨਾ ਸੀ ਉਹ ਵੀ ਰੁਕ ਗਿਆ। ਇਹ ਭਗਵੰਤ ਮਾਨ ਸਾਹਿਬ ਦੀ ਅਤੇ ਵਿਜੀਲੈਂਸ ਬਿਊਰੋ ਦੀ ਸ਼ਾਬਾਸ਼ੀ ਹੈ ਕਿ ਪੰਜਾਬ ਦੇ ਖਜ਼ਾਨੇ 'ਚ ਲੁੱਟ ਦਾ ਮਾਲ ਵਾਪਸ ਆਇਆ। ਪਰ ਇਸ ਕੇਸ 'ਚ ਕਮੀਆਂ ਛੱਡੀਆਂ ਗਈਆਂ ਮੇਰੇ ਖਿਆਲ, ਤਾਂ ਹੀ ED ਐਂਟਰ ਕੀਤੀ। ਕਮੀਆਂ ਇਹ ਛੱਡੀਆਂ ਗਈਆਂ, ਜੇ ਉਸ FIR 'ਚ 109 ਬੰਦੇ ਦੋਸ਼ੀ ਹੈ ਤਾਂ ਸਿਰਫ 52 ਬੰਦੇ ਦੀ ਹੁਣ ਤੱਕ ਗ੍ਰਿਫਤਾਰੀ ਹੋਈ ਹੈ ਜਾਂ ਉਹਨਾਂ ਦੀ ਅਗੇਤੀ ਜ਼ਮਾਨਤ ਹੋਈ ਹੈ। ਬਾਕੀ ਬੰਦੇ ਦੀ ਗ੍ਰਿਫਤਾਰੀ ਨਾ ਹੋਣਾ ਮਤਲਬ ਜਿਹੜਾ 44 ਕਰੋੜ 43 ਕਰੋੜ ਤੋਂ ਬਾਕੀ ਦੀ ਰਿਕਵਰੀ ਜਿਹੜੀ ਪੰਜਾਬ ਦੇ ਖਜ਼ਾਨੇ 'ਚ ਆ ਸਕਦੀ ਹੈ ਉਹ ਨਹੀਂ ਹੋਈ। ਦੂਜਾ ਹੋਰ ਮੈਨੂੰ ਇੱਥੋਂ ਬੋ ਆ ਰਹੀ ਹੈ ਕਿ IAS ਅਫਸਰਾਂ ਨੇ ਦਬਾਅ ਪਾਇਆ ਵਿਜੀਲੈਂਸ ਬਿਊਰੋ ਦੇ ਕੁਝ ਅਫਸਰਾਂ 'ਤੇ। ਇੱਕ ਬਾਗਬਾਨੀ ਅਫਸਰ ਹੈ ਜਿਹਦੀ 24 ਜਨਵਰੀ 2024 ਨੂੰ ਬੇਲ ਐਪਲੀਕੇਸ਼ਨ ਡਿਸਮਿਸ ਹੋ ਚੁੱਕੀ ਹੈ, ਅਤੇ ਨਾਇਬ ਤਹਿਸੀਲਦਾਰ ਗਮਾਡਾ ਦਾ ਜਿਸ ਦੀ ਅੱਜ ਤੋਂ 10 ਕੁ ਦਿਨ ਪਹਿਲੇ 20 ਮਾਰਚ ਨੂੰ ਬੇਲ ਐਪਲੀਕੇਸ਼ਨ ਡਿਸਮਿਸ ਹੋ ਚੁੱਕੀ ਹੈ। ਡਿਸਮਿਸ ਹੋ ਗਈ ਮਤਲਬ ਉਹਨਾਂ ਦੀ ਗ੍ਰਿਫਤਾਰੀ ਬਣਦੀ ਹੈ। ਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ ਜਾਂ ਉਹ ਸੁਪਰੀਮ ਕੋਰਟ ਨਹੀਂ ਗਏ ਜ਼ਮਾਨਤਾਂ ਵਾਸਤੇ, ਤਾਂ ਇਹਨੂੰ ਕਹਿ ਸਕਦੇ ਕੁਛ ਨਾ ਕੁਛ ਇਹਨੂੰ ਕੇਸ ਨੂੰ ਕਮਜ਼ੋਰ ਕੀਤਾ ਗਿਆ। ਤਾਂ ਹੀ ਮੇਰੇ ਖਿਆਲ IAS ਅਫਸਰਾਂ ਨੂੰ ਦੱਬਣ ਵਾਸਤੇ ਜਾਂ ED ਨੇ ਐਂਟਰ ਕੀਤਾ ਪੰਜਾਬ ਦੇ ਵਿੱਚ ਇਸ ਮਾਮਲੇ 'ਚ। ਤੁਸੀਂ ਇੱਕ ਕੰਪਲੇਂਟ ਵੀ ਦਰਜ ਕਰਾ ਕੇ ਆਏ ਹੋ, ਜਿਵੇਂ ਚੀਫ ਸੈਕਟਰੀ ਤੇ ਮੁੱਖ ਮੰਤਰੀ ਸਾਹਿਬ ਦੇ ਕੋਈ ਕੰਪਲੇਂਟ ਦਿੱਤੀ ਹੈ ਤੁਸੀਂ, ਉਹ ਕੀ ਕਿਸ ਦੇ ਬਾਬਤ? ਹਾਂ, ਜਿਸ ਦਿਨ ED ਦੇ ਛਾਪਾ ਵਜਿਆ ਉਸ ਤੋਂ ਦੂਜੇ ਦਿਨ ਮੇਰੀ ਟੀਮ ਦੇ 2 ਬੰਦੇ ਜਿਹੜੇ ਬਾਕਰਪੁਰ ਦੇ ਹੈ ਜਿੱਥੇ ਅਮਰੂਦ ਬਾਗ ਸਕੈਮ ਹੋਇਆ, ਉਹ ਸਕੈਮ ਕਰਨ ਵਾਲੇ ਦੇ ਗਵਾਂਢੀ ਹੈ ਜਾਂ ਪਰਿਵਾਰਕ ਮੈਂਬਰ ਹੈ, ਉਹ 2 ਬੰਦੇ ਨੂੰ ਵਿਜੀਲੈਂਸ ਬਿਊਰੋ ਨੇ ਬੁਲਾਇਆ।
ਤੇ ਜਦੋਂ ਉੱਥੇ ਉਹਨਾਂ ਨੂੰ ਸ਼ਿਕਾਇਤ ਦੀ ਕਾਪੀ ਨਹੀਂ ਦਿੱਤੀ ਗਈ ਤੇ ਨਾ ਸ਼ਿਕਾਇਤ ਪੜਾਈ ਗਈ, ਤਾਂ ਮੈਂ ਮੌਕੇ ਦੇ ਨੇੜੇ ਤੇੜੇ ਸੀ, ਮੈਂ ਪਹੁੰਚ ਗਿਆ ਉੱਥੇ। ਜਦੋਂ ਮੈਂ ਸ਼ਿਕਾਇਤ ਪੜ੍ਹੀ ਉਹ ਤੇ ਮੈਨੂੰ ਦੱਸਿਆ ਗਿਆ ਅਫਸਰਾਂ ਵੱਲੋਂ, ਉਹ ਮੈਨੂੰ ਫਸਾਉਣ ਵਾਸਤੇ ਸ਼ਿਕਾਇਤ ਸੀ, ਮੇਰੇ ਤੇ ਆਰੋਪ ਲਾਏ ਸੀ ਕਿ 1 ਕਰੋੜ ਰੁਪਏ ਮੰਗਦੇ ਸੀ, 10 ਲੱਖ ਰੁਪਏ ਲੈ ਗਏ, ਉਹ ਸਾਰੀ ਝੂਠੀ ਕਹਾਣੀ ਬਣਾਈ ਹੋਈ ਸੀ। ਇੱਥੋਂ ਮੈਨੂੰ ਇਹ ਲੱਗਦਾ ਅੰਦਾਜ਼ਾ ਹੋਇਆ, ਮੈਨੂੰ ਸ਼ੱਕ ਹੋਇਆ, ਤੇ ਗੱਲ ਪੱਕੀ ਵੀ ਹੈ ਕਿ ਇੱਕ ਪਾਸੇ ਤਾਂ ਸ਼ਿਕਾਇਤ ਨੂੰ ਦਬਾਇਆ ਜਾ ਰਿਹਾ FIR ਨੂੰ, ਦੂਜੇ ਪਾਸੇ ਸਾਨੂੰ ਚੁੱਪ ਕਰਾਉਣ ਵਾਸਤੇ ਪਹਿਲਾਂ ਪੈਸੇ ਦੀ ਆਫਰ, ਭੁਪਿੰਦਰ ਸਿੰਘ ਆ ਜਿਹੜਾ ਮੁਖਦੋ ਸੀ, 5 ਕਰੋੜ ਦੀ ਆਫਰ ਲੈ ਕੇ ਆਇਆ ਸੀ ਮੇਰੇ ਕੋਲੇ, ਮੈਂ ਭਜਾਤਾ ਸੀ ਉਹ, ਫਿਰ ਸਾਨੂੰ ਧਮਕੀਆਂ ਵੀ ਦਿੱਤੀਆਂ, ਮੈਂ ਫਿਰ ਵੀ ਭਜਾਤਾ ਉਹ, ਆਪਾਂ ਡਰੇ ਨੇ। ਹੁਣ ਉਹਨੇ ਸਾਨੂੰ ਫਸਾਉਣ ਵਾਸਤੇ ਵਿਜੀਲੈਂਸ ਬਿਊਰੋ ਦੇ ਵਿੱਚ ਇਹ ਸ਼ਿਕਾਇਤ ਦਿੱਤੀ ਕਿ 1 ਕਰੋੜ ਰੁਪਏ ਮੰਗਦੇ, ਸਾਡੇ ਕੋਲ ਵੀਡੀਓ ਹੈ। ਮੈਂ ਉੱਥੇ ਕਹਿ ਕੇ ਆਇਆ, ਸਾਲ ਪਹਿਲਾਂ ਵੀ ਇਹਨਾਂ ਸਾਡੇ ਪ੍ਰੈਸ ਕਾਨਫਰੰਸ ਕੀਤੀ ਸੀ, ਪਹਿਲਾਂ ਵੀ ਰੌਲਾ ਪਾਉਂਦੇ ਰਹੇ ਸਾਨੂੰ FIR ਜਿਹੜੀ ਸ਼ਿਕਾਇਤ ਕਰਨ ਤੋਂ ਰੋਕਣ ਵਾਸਤੇ, ਅਸੀਂ ਤਾਂ ਰੁਕੇ ਨਹੀਂ, ਅੱਜ ਤੱਕ ਸਾਡੇ ਖਿਲਾਫ਼ ਕੋਈ ਸਬੂਤ ਨਹੀਂ ਦਿੱਤੇ। ਔਰ ਇੱਥੇ ਮੈਨੂੰ ਇੱਕ ਹੋਰ ਸ਼ੱਕ ਆਉਂਦਾ ਕਿ ਵਿਜੀਲੈਂਸ ਬਿਊਰੋ ਪ੍ਰਾਈਵੇਟ ਬੰਦੇ ਖਿਲਾਫ਼ ਸ਼ਿਕਾਇਤ ਨਹੀਂ ਲੈਂਦੀ, ਉਹਦੀ ਸ਼ਿਕਾਇਤ DGP ਜਾਂ SSP ਲੈਂਦਾ ਹੁੰਦਾ ਜ਼ਿਲ੍ਹੇ ਦਾ। ਜੇ ਵਿਜੀਲੈਂਸ ਬਿਊਰੋ 'ਚ ਮੇਰੇ ਖਿਲਾਫ਼ ਸ਼ਿਕਾਇਤ ਸੀ, ਪ੍ਰਾਈਵੇਟ ਲੋਕ ਸਰਕਾਰੀ ਨੌਕਰੀਆਂ, ਤਾਂ ਇੱਥੋਂ ਵੀ ਮੈਨੂੰ ਸ਼ੱਕ ਹੋ ਰਿਹਾ। ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ, ਸਾਡੇ ਕੋਲ ਝੂਠਾ ਪਰਚਾ ਦਰਜ ਕੀਤਾ ਜਾਵੇ ਜਾਂ ਸੱਚਾ ਪਰਚਾ ਦਰਜ ਕੀਤਾ, ਸਾਨੂੰ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ, ਕੋਈ ਡਰ ਨਹੀਂ ਹੈ। ਡਰ ਇਸ ਗੱਲ ਦਾ ਕਿ ਜਿਸ ਤਰੀਕੇ ਨਾਲ ਭਗਵੰਤ ਮਾਨ ਸਾਹਿਬ ਨੇ ਬਿਆਨ ਦਿੱਤਾ 43 ਕਰੋੜ ਵਾਪਸ ਆ ਗਏ ਖਜ਼ਾਨੇ 'ਚ, ਭਗਵੰਤ ਮਾਨ ਸਾਹਿਬ ਆਉਣ ਵਾਲੇ ਕੁਝ ਸਮੇਂ 'ਚ ਬਿਆਨ ਦੇਣ ਕਿ 125 ਕਰੋੜ ਵਾਪਸ ਆ ਗਿਆ, ਉਸ ਗੱਲ ਦਾ ਮੈਨੂੰ ਡਰ ਹੈ ਵੀ ਕਿਤੇ ਉਹ ਬਿਆਨ ਰੁਕ ਨਾ ਜਾਣ। ਕੰਪਲੇਂਟ ਦੇ ਵਿੱਚ ਅਜਿਹਾ ਕੀ ਸੀ ਕਿ ਤੁਹਾਨੂੰ ਦੁਬਾਰਾ ਤੋਂ ਬੁਲਾਉਣਾ ਪਿਆ, ਕਿਉਂਕਿ ਤੁਸੀਂ ਇਸ ਦੇ ਸਬੂਤ ਖੰਗਾਲੇ, ਕਿਸਾਨਾਂ ਦੇ ਨਾਲ ਤਾਲਮੇਲ ਕੀਤਾ ਅਤੇ ਸਬੂਤ ਇਕੱਠੇ ਕਰਕੇ ਵਿਜੀਲੈਂਸ ਦਿੱਤੇ, ਅਤੇ ਉੱਥੇ ਹੀ ਕੰਪਲੇਂਟ ਤੁਹਾਡੇ ਖਿਲਾਫ਼ ਦਰਜ ਹੋ? ਹਾਂ ਬਿਲਕੁਲ। ਔਰ ਸ਼ਿਕਾਇਤ ਕਰਤਾ ਕੋਈ ਹੋਰ ਨਹੀਂ ਹੈ, ਇਸੇ ਸਕੈਮ ਦਾ ਮੁੱਖ ਸਾਜਿਸ਼ ਕਰਤਾ ਭੁਪਿੰਦਰ ਸਿੰਘ ਪਿੰਡ ਬਾਕਰਪੁਰ ਹੈ, ਇਸੇ ਸਕੈਮ ਦਾ ਮੁੱਖ ਸਾਜਿਸ਼ ਕਰਤਾ ਕਰਮ ਸਿੰਘ ਹੈ ਬਾਕਰਪੁਰ ਦਾ, ਜਿਹਨੇ ਅਮਰੂਦ ਬਾਗ ਸਕੈਮ ਦਾ ਕੀਤਾ ਹੀ ਕੀਤਾ। ਅਮਰੂਦ ਦੇ ਪੌਦਿਆਂ ਵਾਸਤੇ ਪੋਲੀ ਹਾਊਸ ਬਣਾ ਕੇ, ਜਿਹੜੇ ਤਰਪਾਲ ਜੀ ਪਾਇਆ ਕਰਦੇ ਪਲਾਸਟਿਕ ਦੀ, ਉਹ ਝੂਠੇ ਦਿਖਾ ਕੇ ਉਹਦਾ ਮੁਆਵਜ਼ਾ ਮਿਲਿਆ, ਅਤੇ 2 ਮੁੱਖ ਸਾਜਿਸ਼ ਕਰਤਾ ਜਿਹਨੇ ਕਰੋੜਾਂ ਰੁਪਏ, 25-30-40 ਕਰੋੜ ਰੁਪਏ ਮੁਆਵਜ਼ਾ ਲਿਆ ਜਿਹਨਾਂ ਲੋਕਾਂ ਨੇ, ਜਿਹਨੇ ਪਰਿਵਾਰਕ ਮੈਂਬਰਾਂ ਨੇ, ਉਹ ਸਾਡੇ ਖਿਲਾਫ਼ ਸ਼ਿਕਾਇਤ ਕਰਦੇ ਕਰਦੇ ਵੀ ਉੱਥੇ ਜਿੱਥੇ ਵਿਜੀਲੈਂਸ ਦੇ ਵਿੱਚ ਉਹ ਪਹਿਲੀ ਜੇਲ੍ਹ ਜਾ ਕੇ ਆਏ ਆ ਅਤੇ ਮੁਆਵਜ਼ਾ ਜਾਰੀ ਕੀਤਾ, ਅਤੇ ਮੁਆਵਜ਼ਾ ਵਾਪਸ ਕਰਨਾ ਪਿਆ ਠੱਗੀ ਦਾ ਪੈਸਾ। ਇਸ ਕਰਕੇ ਵੀ ਸਾਜਿਸ਼ ਦੀ ਬੂ ਆਉਂਦੀ ਹੈ। ED ਨਾਲ ਕੋਈ ਤਾਲਮੇਲ ਹੋਇਆ, ਕਿਉਂਕਿ ED ਵੀ ਹੁਣ ਕਾਰਵਾਈ ਕਰ ਰਹੀ ਆ, ਬਹੁਤ ਸਾਰੇ ਅਫਸਰਾਂ ਦੇ ਘਰਾਂ ਰੇਡ ਵੀ ਹੋਈ ਆ, 3 ਕਰੋੜ ਤੋਂ ਵੱਧ ਦੀ ਰਾਸ਼ੀ ਉਹਨਾਂ ਨੇ ਬਰਾਮਦ ਵੀ ਕੀਤੀ ਹੈ, ਗੱਲਬਾਤ ਹੋਈ? ਵੈਸੇ ਮੈਂ ਡਾਇਰੈਕਟ ਕਦੇ ED ਦੇ ਦਫ਼ਤਰ ਨਹੀਂ ਗਿਆ, ਪਰ ਜਦੋਂ ਉਦਯੋਗਿਕ ਪਲਾਟ ਘੁਟਾਲਾ ਸੀ, ਜਦੋਂ ਸ਼ਾਮ ਸਿੰਘ ਅਰੋੜਾ ਜੇਲ੍ਹ ਗਏ ਸੀ ਫਿਲਿਪਸ ਪਲਾਟ ਘੁਟਾਲੇ 'ਚ, ਉਦੋਂ ED ਦੇ ਦਫ਼ਤਰ 'ਚ ਮੇਰੀ ਟੀਮ ਦੇ ਬੰਦੇ ਕੁਛ ਜਾ ਕੇ ਲਿਖਤੀ ਸ਼ਿਕਾਇਤਾਂ ਦੇ ਕੇ ਆਏ ਸੀ ਉਦਯੋਗਿਕ ਪਲਾਟ ਘੁਟਾਲੇ ਦੀਆਂ, ਉਦੋਂ ਇਹ ਫਾਈਲ ਵੀ ਦਸਤੀ ਰੂਪ 'ਚ ਉਹਨਾਂ ਨੂੰ ਦਿੱਤੀ ਸੀ, ਅਤੇ ਇੰਟੈਲੀਜੈਂਸ ਬਿਊਰੋ ਜਿਹੜੀ ਹੈ ਉਹ ਵੀ ਮੇਰੇ ਘਰ ਆਏ ਆ, ਉਹ ਵੀ ਮੇਰੇ ਕੋਲ ਡਾਕੂਮੈਂਟ ਲੈ ਕੇ ਗਏ ਸੀ ਅੱਜ ਤੋਂ ਕੁਛ ਮਹੀਨੇ ਪਹਿਲਾਂ। ਹੁਣ ਇਸ ਬਾਬਤ ਕੋਈ ਤਾਲਮੇਲ ਹੋਇਆ? ਹਾਂ, ਮੈਨੂੰ ਲੱਗਦਾ ਮੈਨੂੰ ਤਾਲਮੇਲ ਕਰਨ ਦੀ ਲੋੜ ਨਹੀਂ, ਜਦੋਂ ਮੀਡੀਆ ਵਾਲੇ ਗੱਲ ਸਾਡੇ ਚੱਕ ਰਹੇ ਆ, ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਆ ਗਿਆ, ਮੈਨੂੰ ਸ਼ੱਕ ਨਹੀਂ ਹੈਗਾ ਕਿ ਅਮਰੂਦ ਬਾਗ ਸਕੈਮ 'ਚ ਕੋਈ ਕਮੀ ਰਹੇਗੀ ਜਾਂ IAS ਅਫਸਰਾਂ ਦਾ ਦਬਾਅ ਪੰਜਾਬ ਸਰਕਾਰ ਨੂੰ ਦਵਾ ਲਏਗਾ, ਮੈਨੂੰ ਇਸ ਗੱਲ ਦੀ ਕੋਈ ਸ਼ੱਕ ਨਹੀਂ ਹੈ, ਹੁਣ ਨਹੀਂ ਦਵਾ ਸਕਦਾ। ਪੰਜਾਬ ਸਰਕਾਰ ਤੋਂ ਕਿਹੜੀ ਮੰਗ ਰਹੇ? ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਸਾਡੇ ਵਰਗੇ ਲੋਕਾਂ ਨੂੰ ਪ੍ਰੋਟੈਕਟ ਕਰੋ, ਜੇ ਸਾਡੇ ਵਰਗੇ ਲੋਕਾਂ ਨੂੰ ਇਹਦਾ ਨਜਾਇਜ਼ ਕੀਤਾ ਜਾਏਗਾ ਤਾਂ ਕੌਣ ਸਕੈਮ ਕੱਢ ਕੇ ਲਿਆਏਗਾ? ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਦੋਂ ਬਿਆਨ ਦੇਣ ਦਾ ਮੌਕਾ ਮਿਲੇਗਾ? ਗੰਗਾ ਗਈ ਹੱਡੀਆਂ ਵਾਪਸ ਆ ਗਈਆਂ। ਇਸ ਕਰਕੇ ਅਸੀਂ ਤੁਹਾਡੇ ਕੋਲ ਤਨਖਾਹ ਨਹੀਂ ਮੰਗਦੇ, ਅਸੀਂ ਕੋਈ ਅਹੁਦੇ ਨਹੀਂ ਮੰਗਦੇ, ਅਸੀਂ ਕਹਿੰਦੇ ਘੱਟੋ ਘੱਟ ਸਾਨੂੰ ਨਜਾਇਜ਼ ਤੰਗ ਤਰਨ ਕੀਤਾ ਜਾਵੇ, ਇਹ ਮੰਗ ਕਰਦੇ ਹਾਂ। ਤਾਂ ਇਹ ਸਨ ਸਤਨਾਮ ਸਿੰਘ ਦਾਊ, ਜਿਹੜੇ ਕਿ ਵਿਜੀਲੈਂਸ ਦੇ ਵਿੱਚ ਜਿਨ੍ਹਾਂ ਦੇ ਖਿਲਾਫ਼ ਇੱਕ ਕੰਪਲੇਂਟ ਦਰਜ ਕਰਾਈ ਹੋਈ ਆ ਭੁਪਿੰਦਰ ਸਿੰਘ ਦੇ ਵੱਲੋਂ, ਅਤੇ ਉਹਨਾਂ ਕੋਲ ਉਹਨਾਂ ਵੱਲੋਂ ਹੁਣ ਜਿਹੜਾ ਕਿ ਮੁੱਖ ਮੰਤਰੀ ਅਤੇ ਚੀਫ ਸੈਕਟਰੀ ਨੂੰ ਚਿੱਠੀ ਲਿਖ ਕੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ, ਜਦਕਿ ਸਤਨਾਮ ਸਿੰਘ ਦਾਊ ਦਾ ਕਹਿਣਾ ਕਿ ਸਾਰੇ ਸਬੂਤ ਉਹਨਾਂ ਵੱਲੋਂ ਇਕੱਠੇ ਕੀਤੇ ਗਏ, ਜੋ ਵੀ ਅਮਰੂਦ ਦਾ ਘੁਟਾਲਾ ਹੋਇਆ, ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਦੇ ਖੇਤ ਸੀਗੇ, ਤਮਾਮ ਸਬੂਤ ਉਹਨਾਂ ਨੇ ਵਿਜੀਲੈਂਸ ਦਿੱਤੇ, ਪਰ ਉਹਨਾਂ ਦੇ ਖਿਲਾਫ਼ ਹੀ ਕੰਪਲੇਂਟ ਦਰਜ ਕੀਤੀ ਗਈ। ਕੈਮਰਾ ਪਰਸਨ ਸ਼ਿਵਮ ਦੇ ਨਾਲ ਮੈਂ ਦਲਜੀਤ ਸਿੰਘ, ਲਿਵਿੰਗ ਇੰਡੀਆ ਨਿਊਜ਼, ਮੋਹਾਲੀ।